ਪਿਛਲੇ ਸਮੇਂ ਦੌਰਾਨ ਕੋਵਿਡ-19 ਦੇ ਭਿਆਨਕ ਸੰਕਟ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਵਧੀਆ ਰੋਲ ਅਦਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਡਾਕਟਰੀ ਟੀਮ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਗਏ। ਬੋਰਡ ਦੇ ਵਿੱਚ ਡੀਐਸਪੀ ਦਫ਼ਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ ਆ ਵੀ ਜਿਹੜੇ ਅਫਸਰਾਂ ਨੇ ਅੱਜ ਤੱਕ 2 ਮਹੀਨਿਆਂ ਦੇ ਵਿੱਚ ਕਰਫਿਊ ਦੌਰਾਨ ਅਤੇ ਲੋਕਡਾਊਨ ਦੌਰਾਨ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਆਪਣੇ ਇਲਾਕੇ ਵਿੱਚ ਅਤੇ ਉਸੇ ਲੜੀ ਦੇ ਵਿੱਚ ਅੱਜ ਸਤੀਸ਼ ਹਰਿਆਣ ਨਗਰ ਪੰਚਾਇਤ ਸ਼ਾਹਕੋਟ ਜੀ ਆਪਣੇ ਪੂਰੀ ਟੀਮ ਦੇ ਨਾਲ ਇੱਥੇ ਪਧਾਰੇ ਆ ਅਤੇ ਡੀਐਸਪੀ ਸਾਹਿਬ ਸ਼ਾਹਕੋਟ ਜੀ ਨੂੰ ਪਿਆਰਾ ਸਿੰਘ ਕੋਹਲੀ ਵੀ ਸਾਡੇ ਨਾਲ ਮੌਜੂਦ ਆ, ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਆ ਅਤੇ ਇਸ ਸੰਬੰਧੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿੰਨੇ ਪ੍ਰਸ਼ੰਸਾ ਪੱਤਰ ਅੱਜ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਿਹੜੇ ਪੂਰੇ ਇਲਾਕੇ ਵਿੱਚ ਦਿੱਤੇ ਜਾ ਰਹੇ ਨੇ ਸਤੀਸ਼ ਹਰਿਆਣ ਸ਼ਾਹਕੋਟ ਜੀ। ਮੈਂ ਸਤੀਸ਼ ਹਰਿਆਣ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਮੇਰੇ ਨਾਲ ਜਿੰਨੇ ਵੀ ਮੇਰੇ ਯੂਥ ਦੀ ਬ੍ਰਿਗੇਡ ਆ ਸ਼ਾਹਕੋਟ ਦੀ, ਕਿਉਂਕਿ ਪੇਰੈਂਟਸ ਬੋਡੀ ਦਾ ਇੱਕ ਅੰਗ ਹੁੰਦਾ ਯੂਥ ਕਾਂਗਰਸ, ਸੁਰਿੰਦਰਜੀਤ ਸਿੰਘ ਜੀ ਚੱਠਾ ਵੀ ਖੜ੍ਹੇ ਆ ਮਾਰਕੀਟ ਕਮੇਟੀ ਦੇ ਚੇਅਰਮੈਨ, ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਵੱਲੋਂ ਅਤੇ ਸਾਡੇ ਯੂਥ ਦੇ ਪ੍ਰਧਾਨ ਵਰਿੰਦਰ ਢਿੱਲੋਂ ਜੀ ਵੱਲੋਂ ਇੱਕ ਪ੍ਰਸ਼ੰਸਾ ਪੱਤਰ ਦਿੱਤੇ ਗਏ ਆ ਸਾਡੇ ਸਬ ਡਿਵੀਜ਼ਨ ਦੇ ਜਿਹੜੇ ਮੇਨ ਅਫਸਰ ਆ ਜਿਨ੍ਹਾਂ ਦੀ ਕਮਾਨ ਥੱਲੇ ਸਾਡੀ ਸਾਰੀ ਸਬ ਡਿਵੀਜ਼ਨ ਚੱਲਦੀ ਸੀ। ਉਸੇ ਮਤੇ ਦੇ ਮਤਹਿਤ ਸਰਦਾਰ ਪਿਆਰਾ ਸਿੰਘ ਜੀ ਸਿੰਘ ਡੀ ਐਸ ਪੀ ਸਬ ਡਿਵੀਜ਼ਨ ਸ਼ਾਹਕੋਟ, ਇਹਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਇਹਨਾਂ ਨੇ 2 ਮਹੀਨੇ ਇਸ ਮਾੜੇ ਕਰੋਨਾ ਵਾਇਰਲ ਦੇ ਕਰਕੇ ਜੋ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ, ਆਪਣੇ ਪਰਿਵਾਰਾਂ ਤੋਂ ਬੱਚਿਆਂ ਤੋਂ ਦੂਰ ਹੋ ਕੇ ਵੀ ਇਲਾਕੇ ਦੀ ਸ਼ਹਿਰ ਦੀ ਸੇਵਾ ਕੀਤੀ, ਉਹਦੇ ਲਈ ਮੈਂ ਆਪਣੇ ਵੱਲੋਂ ਨਗਰ ਪੰਚਾਇਤ ਵੱਲੋਂ ਮਾਰਕੀਟ ਕਮੇਟੀ ਵੱਲੋਂ ਸਾਰੇ ਆਪਣੇ ਯੂਥ ਦੇ ਜਿੰਨੇ ਮੇਰੇ ਨੌਜਵਾਨ ਸਾਥੀ ਆ ਇਹਨਾਂ ਦਾ ਬਹੁਤ ਬਹੁਤ ਕੋਟ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਵਡਮੁੱਲਾ ਯੋਗਦਾਨ ਇਸ ਵਾਇਰਲ ਦੇ ਵਿੱਚ ਪਾ ਕੇ ਸ਼ਾਹਕੋਟ ਨੂੰ ਇਸ ਬਿਮਾਰੀ ਤੋਂ ਦੂਰ ਰੱਖਿਆ। ਧੰਨਵਾਦ। ਇਹ ਸੀ ਸਾਡੇ ਨਾਲ ਨਗਰ ਪੰਚਾਇਤ ਦੇ ਪ੍ਰਧਾਨ ਸਤੀਸ਼ ਹਰਿਆਣ ਜੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਡੀ ਐਸ ਪੀ ਸਾਹਿਬ ਸ਼ਾਹਕੋਟ ਜੀ, ਤੁਹਾਨੂੰ ਕਿਸ ਤਰ੍ਹਾਂ ਮਤਲਬ ਲੱਗ ਰਿਹਾ ਪ੍ਰਸ਼ੰਸਾ ਪੱਤਰ ਤੁਹਾਨੂੰ ਸਰਕਾਰ ਵੱਲੋਂ ਮਤਲਬ ਦਿੱਤੇ ਜਾ ਰਹੇ ਨੇ? ਬਹੁਤ ਬਹੁਤ ਥੈਂਕ ਯੂ ਹਰਿਆਣ ਸਾਹਿਬ, ਯੂਥ ਕਾਂਗਰਸ ਵਾਲੀ ਦਾ ਚੱਠਾ ਸਾਹਿਬ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਕੀਤਾ, ਬਹੁਤ ਵੱਡੀ ਗੱਲ ਆ। ਅਸੀਂ ਸਾਰੀ ਪੁਲਿਸ ਨੇ ਕੋਸ਼ਿਸ਼ ਕਰਕੇ ਜਿੰਨਾ ਵੀ ਆ ਸਾਰਿਆਂ ਨੂੰ ਆਪਣੇ ਸਮਾਜ ਨੂੰ ਨਾਲ ਲੈ ਕੇ ਮੇਰੀ ਕਰੋਨਾ ਵਾਇਰਸ ਤੋਂ ਬਚਾਉਣ ਵਾਸਤੇ ਇਹਨੂੰ ਕੋਸ਼ਿਸ਼ ਕਾਫੀ ਕੋਸ਼ਿਸ਼ ਕੀਤੀ ਆ, ਅਗਾਂਹ ਵੀ ਕੋਸ਼ਿਸ਼ ਰਹੂਗੀ। ਔਰ ਇਹਨਾਂ ਦੇ ਨਾਲ ਸਾਰੇ ਪਰਿਵਾਰ ਨੂੰ ਸਾਰੇ ਇਲਾਕੇ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਆਪਾਂ ਕਰੋਨਾ ਵਾਇਰਸ ਤੋਂ ਬਚੀਏ ਔਰ ਮਾਸਕ ਪਾ ਕੇ ਰੱਖੀਏ, ਕਿਤੇ ਵੀ ਆ ਮੋਟਰਸਾਈਕਲ 'ਤੇ ਨਾ ਜਾਈਏ, ਬਾਹਰ ਕੱਢਣੇ ਕੰਮ ਤੋਂ ਬਗੈਰ ਨਾ ਨਿਕਲੀਏ। ਇਹ ਸੀ ਸਾਡੇ ਨਾਲ ਸ਼ਾਹਕੋਟ ਸਬ ਡਿਵੀਜ਼ਨ ਦੇ ਡੀ ਐਸ ਪੀ ਸਾਹਿਬ ਪਿਆਰਾ ਸਿੰਘ ਸਿੰਘ ਜੀ, ਅਤੇ ਅਸੀਂ ਵੀ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਕਰੋਨਾ ਵਾਇਰਸ ਆ, ਭਾਵੇਂ ਡਾਕਟਰ ਆ, ਪੁਲਿਸ ਵਾਲੇ ਆ, ਪੈਰਾਮੈਡੀਕਲ ਸਟਾਫ ਆ, ਅਤੇ ਉਹਨਾਂ ਨੂੰ ਉਹਨਾਂ ਦਾ ਸਨਮਾਨ ਕਰੋ, ਉਹਨਾਂ ਨਾਲ ਕਿਸੇ ਕਿਸਮ ਦੀ ਡਿਊਟੀ ਵੇਲੇ ਕੋਈ ਵੀ ਬਦਤਮੀਜ਼ੀ ਜਾਂ ਬਦਸਲੂਕੀ ਨਾ ਕੀਤੀ ਜਾਵੇ। ਸਾਡੇ ਨਾਲ ਮੌਜੂਦ ਨੇ ਮਾਰਕੀਟ ਕਮੇਟੀ ਚੇਅਰਮੈਨ ਸੁਰਿੰਦਰਜੀਤ ਸਿੰਘ ਜੀ ਚੱਠਾ ਸਾਹਿਬ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਵੀ ਪਤਾ ਜਿਹੜੇ ਕਮੇਟੀ ਵੱਲੋਂ ਪ੍ਰਸ਼ੰਸਾ ਪੱਤਰ ਆਏ ਆ ਉਹ ਅਸੀਂ ਵੀ ਕਿੰਨੇ ਜਾਣਿਆਂ ਨੂੰ ਹੁਣ ਤੱਕ ਦਿੱਤੇ ਆ ਅਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ? ਇਹ ਜਿਹੜੇ ਮਾਣ ਪੱਤਰ ਆਏ ਆ, ਇਹ ਜਿੰਨੇ ਵੀ ਅਫਸਰ ਨੇ ਸਾਡੇ ਹਲਕੇ ਦੇ ਵਿੱਚ ਇਸ ਮਹਾਂਮਾਰੀ ਦੇ ਦਰਮਿਆਨ ਬਹੁਤ ਵਧੀਆ ਕੰਮ ਕੀਤਾ, ਅੱਛੀਆਂ ਸੇਵਾਵਾਂ ਦਿੱਤੀਆਂ, ਉਹਨਾਂ ਨੂੰ ਅਸੀਂ ਅਫਸਰਾਂ ਨੂੰ ਸਾਰਿਆਂ ਨੂੰ ਇਹ ਸਨਮਾਨ ਪੱਤਰ ਦਿੱਤੇ ਆ, ਜਿਹਦੇ ਵਿੱਚ ਮੈਂ ਕਹੂੰ ਕਿ ਸਭ ਤੋਂ ਵੱਡਾ ਯੋਗਦਾਨ ਹਮੇਸ਼ਾ ਹੀ ਜਿਹੜਾ ਆ ਹੈਲਥ ਦਾ ਹੁੰਦਾ ਆ, ਕਿ ਇੱਕ ਤਾਂ ਕੁਦਰਤ ਦੀ ਮਹਾਂਮਾਰੀ ਨੇ ਮਾਰਿਆ ਸੀ, ਦੂਸਰਾ ਜਿਹੜਾ ਆਮ ਆਪਾਂ ਨੂੰ ਪਬਲਿਕ ਨੂੰ ਅੱਗੇ ਪਹਿਲੇ ਵੀ ਦੁੱਖ ਹੁੰਦੇ ਆ, ਉਹਨਾਂ ਸਾਰਿਆਂ ਦਾ ਸਾਹਮਣਾ ਕਰਦੇ ਹੋਏ ਸਾਡੇ ਐਸ ਐਮ ਓ ਸਾਹਿਬ ਨੇ, ਪੂਰੀ ਟੀਮ ਨੇ ਬਹੁਤ ਵੱਡਾ ਸਾਨੂੰ ਸਾਥ ਦਿੱਤਾ, ਜਦੋਂ ਵੀ ਕੋਈ ਕਿਤੇ ਪ੍ਰੋਬਲਮ ਆਉਂਦੀ ਸੀ ਅਤੇ ਹਰ ਤਰ੍ਹਾਂ ਖੜ੍ਹੇ ਆ, ਉਹਨਾਂ ਨੇ ਮਰੀਜ਼ਾਂ ਨੂੰ ਚੈੱਕ ਕੀਤਾ, ਲੋੜ ਅਨੁਸਾਰ ਇਹਨਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ, ਉਹਦੇ ਵਿੱਚ ਸਾਰੇ ਹੀ ਅਫਸਰਾਂ ਨੇ ਬੜਾ ਯੋਗਦਾਨ ਪਾਇਆ, ਸਾਡੇ ਮੰਡੀਆਂ ਦੇ ਵਿੱਚ ਵੀ ਜਦੋਂ ਕੋਈ ਪ੍ਰੋਬਲਮ ਆਉਂਦੀ ਸੀ ਐਸ ਡੀ ਐਮ ਸਾਹਿਬ, ਡੀ ਐਸ ਪੀ ਸਾਹਿਬ, ਐਸ ਐਚ ਓ ਸਾਹਿਬ ਹਮੇਸ਼ਾ ਹੀ ਪਹੁੰਚਦੇ ਸੀ ਜਦੋਂ ਵੀ ਕੋਈ ਪ੍ਰੋਬਲਮ ਆਈ ਆ, ਬੜੇ ਵਧੀਆ ਜੋ ਕਣਕ ਦਾ ਸੀਜ਼ਨ ਵੀ ਬੜਾ ਵਧੀਆ ਲੰਘਿਆ, ਸਾਰੇ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਇਸ ਮਹਾਂਮਾਰੀ ਦਾ ਪੂਰਾ ਟਾਕਰਾ ਕੀਤਾ। ਧੰਨਵਾਦ। ਸਾਡੇ ਨਾਲ ਮੌਜੂਦ ਨੇ ਸੀਨੀਅਰ ਮੈਡੀਕਲ ਅਫਸਰ ਅਮਰਜੀਤ ਦੁੱਗਲ ਜੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਤੋਂ ਪਹਿਲਾਂ ਜੀ ਮੈਂ ਸਰਕਾਰ ਦਾ, ਸੁਨੀਲ ਜਾਖੜ ਜੀ ਦਾ, ਸਾਰੇ ਜਿਹੜੇ ਆਏ ਸੀ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ
ਸਾਡੇ ਜਿਹੜੀ ਸਰਕਾਰੀ ਹੈਲਪ ਟੀਮ ਹੈ ਉਹਨੇ ਇਸ ਮਹਾਂਮਾਰੀ ਦੇ ਦੌਰਾਨ ਕੁਛ ਐਸਾ ਕੰਮ ਕੀਤਾ ਜਿਹੜਾ ਸਾਰਿਆਂ ਨੂੰ ਚੰਗਾ ਲੱਗਿਆ। ਸਾਡੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਖਾਸ ਤੌਰ 'ਤੇ ਜਦੋਂ ਇਹ ਕਰੋਨਾ ਦੀ ਬਿਮਾਰੀ ਆਈ ਹੈ ਵੀ ਕੋਈ ਇਹੋ ਜਿਹਾ ਇਨਸਾਨ ਇਹ ਨਾ ਮਹਿਸੂਸ ਕਰੇ ਕਿ ਇੰਨੀ ਵੱਡੀ ਬਿਮਾਰੀ 'ਚੋਂ ਇਕੱਲਾ ਹੈ ਜਾਂ ਉਹਨੂੰ ਦੀ ਟੀ ਸਿਹਤ ਪੱਖੋਂ ਜਾਂ ਹੋਰ ਕਿਸੇ ਪੱਖੋਂ ਕੋਈ ਧਿਆਨ ਨਹੀਂ ਕੀਤਾ ਜਾ ਰਿਹਾ। ਕਿਤੇ ਵੀ ਜਦੋਂ ਸਾਨੂੰ ਕੋਈ ਸੁਨੇਹਾ ਜਾਂ ਕਾਲ ਜਾਂ ਕਿਸੇ ਦਾ ਕੋਈ ਮੈਸੇਜ ਆਉਂਦਾ ਸੀਗਾ ਸਾਡੀ ਟੀਮ ਉੱਥੇ ਪਹੁੰਚਦੀ ਸੀ, ਲੋੜ ਅਨੁਸਾਰ ਅਗਰ ਉਹਨੂੰ ਇੱਥੇ ਲੈ ਕੇ ਆਉਣਾ ਇੱਥੇ ਲੈ ਕੇ ਆਉਣਾ ਜਾਂ ਸਿਵਲ ਹਸਪਤਾਲ ਲੈਣਾ ਹੈ, ਜੋ ਵੀ ਮਰਜ਼ੀ ਸਾਡੇ ਕੋਲ ਸਹਾਇਤਾ ਹੁੰਦੀ ਸੀ ਅਸੀਂ ਕਰਦੇ ਹਾਂ। ਸੋ ਮੈਂ ਇਹ ਬੜਾ ਸ਼ੁਕਰਗੁਜ਼ਾਰ ਹਾਂ ਕਿ ਜਦੋਂ ਕੋਈ ਚੰਗੇ ਕੰਮ ਨੂੰ ਜਦੋਂ ਇੱਦਾਂ ਇਨਕਰੇਜ ਕੀਤਾ ਉਹਦੇ ਨਾਲ ਸਾਡੀ ਹੌਸਲਾ ਅਫਜ਼ਾਈ ਹੁੰਦੀ ਹੈ, ਸਾਡੇ ਮੈਂਬਰਾਂ ਨੂੰ ਚੰਗਾ ਲੱਗਦਾ ਹੈ। ਸੋ ਮੈਂ ਆਪਣੇ ਵੱਲੋਂ ਆਸ਼ਵਾਸਨ ਦਿੰਦਾ ਕਿ ਅਸੀਂ ਇਸ ਤੋਂ ਵੀ ਅੱਛਾ ਹੋਰ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਸਾਡੇ ਨਾਲ ਮੌਜੂਦ ਨੇ ਸ਼੍ਰੀ ਸੰਗਰਵਾਲ ਜੀ ਯੂਥ ਕਾਂਗਰਸ ਦੇ ਆ ਇਹ, ਅਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜਿਹੜੇ ਪਸੰਸਾ ਪੱਤਰ ਦੇ ਜਿਹੜੇ ਯੂਥ ਕਾਂਗਰਸ ਦੇ ਨਾਲ ਵੀ ਉਹਨਾਂ ਨੇ ਪੂਰਾ ਸਹਿਯੋਗ ਕੀਤਾ ਆਪਣੀ ਕਾਂਗਰਸ ਕਮੇਟੀ ਨਾਲ, ਉਹਨਾਂ ਨਾਲ ਗੱਲਬਾਤ ਕਰਦੇ। ਸਾਨੂੰ ਪੰਜਾਬ ਤੋਂ ਵਰਿੰਦਰ ਢਿੰਗੋ ਜੀ ਅਤੇ ਆਪਣੇ ਜਾਖੜ ਸਾਹਿਬ ਵੱਲੋਂ ਭੇਜੇ ਗਏ ਪ੍ਰਸ਼ੰਸਾ ਪੱਤਰ ਜੋ ਕਿ ਅੱਜ ਅਸੀਂ SMO ਸਾਹਿਬ ਨੂੰ ਦੇਣ ਆਏ ਹਾਂ, ਜਿਨ੍ਹਾਂ ਦਾ ਬਹੁਤ ਜ਼ਿਆਦਾ ਮਹੱਤਵਪੂਰਨ 2 ਮਹੀਨੇ ਲਈ ਆਪਣੇ ਨਾਲ ਰਿਹਾ ਵਾ। ਸਰਕਾਰੀ ਟੀਮ ਦਾ ਹੀ ਸਮਝਦੇ ਹਾਂ ਜੀ, ਬਹੁਤ ਵੱਡਾ ਮਹੱਤਵਪੂਰਨ ਹੁੰਦਾ ਵਾ ਸਾਡੇ ਨਾਲ, ਅਤੇ ਅਸੀਂ ਅੱਜ ਸ਼ਾਹਕੋਟ ਦੀ ਸਾਰੀ ਯੂਥ ਕਾਂਗਰਸ ਦਾ ਗੇਟ ਨਾਲ ਆਈ ਹੈ ਜੀ ਇਹਨਾਂ ਪ੍ਰਸ਼ੰਸਾ ਪੱਤਰ ਦੇਣ ਵਾਸਤੇ। ਸਾਡੇ ਨਾਲ ਸਤੀਸ਼ ਰਿਹਾਨ ਜੀ ਅਤੇ ਸੁਰਿੰਦਰ ਜੀ ਸਿੰਘ ਚੱਠਾ ਜੀ। ਜੋ ਸਾਡੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਵੱਲੋਂ ਪ੍ਰਸ਼ੰਸਾ ਪੱਤਰ ਆਈ ਸੀ, ਉਹ ਪੰਜਾਬ ਦੇ ਪ੍ਰਧਾਨ ਸ਼੍ਰੀ ਵਰਿੰਦਰ ਢਿੱਲੋਂ ਜੀ, ਸਾਬਕਾ ਪ੍ਰਧਾਨ ਜਲੰਧਰ ਅਸ਼ਵਨ ਭੱਲਾ ਜੀ, ਮੌਜੂਦਾ ਪ੍ਰਧਾਨ ਅਧਿਆਪੀ ਹਨ ਜੋਸ਼ੀ ਜੀ ਨੇ ਸਾਨੂੰ PDF ਦਿੱਤੇ। ਜੋ ਪ੍ਰਸ਼ੰਸਾ ਪੱਤਰ ਆਏ ਸੀ ਉਹ ਅੱਜ ਅਸੀਂ ਮਾਣਯੋਗ DSP ਸਾਹਿਬ ਸ਼ਾਹਪੁਰ, ਪਿਆਰਾ ਸਿੰਘ ਜੀ ਸਿੰਘ SHO ਸਾਹਿਬ ਅਤੇ SMO ਸਾਹਿਬ ਨੂੰ ਦਿੱਤੇ, ਜੋ ਕਿ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ, ਉਹਦੇ ਲਈ ਸਾਨੂੰ ਅਸੀਂ ਪ੍ਰਸ਼ੰਸਾ। ਪੰਜਾਬ ਦਰਪਣ ਨਿਊਜ਼ ਲਈ ਗੌਤਮਪੁਰੀ ਅਤੇ ਮੌਂਟੀ ਅਰੋੜਾ ਦੀ ਵਿਸ਼ੇਸ਼ ਰਿਪੋਰਟ।